ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ ਪ੍ਰਧਾਨ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਅਤੇ ਮੀਤ ਪ੍ਰਧਾਨ ਐਡਵੋਕੇਟ ਇੰਦਰਜੀਤ ਸਿੰਘ ਚੀਮਾ ਦੀ ਅਗਵਾਈ ਵਿੱਚ ਅੱਜ ਇੱਕ ਦਿਨ ਕੰਮ ਬੰਦ ਕਰਕੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਜ਼ਿਲ੍ਹਾ ਅਦਾਲਤਾਂ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ, ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਅਤੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਏਜੰਸੀ NIA ਨੇ ਤਰਨ ਤਾਰਨ ਦੇ ਵਕੀਲ ਹੀਰਾ ਸਿੰਘ ਸੰਧੂ ਦਾ ਮੋਬਾਈਲ ਫੋਨ ਅਤੇ ਲੈਪਟਾਪ ਬਿਨਾਂ ਕਾਰਨ ਤੋਂ ਕਬਜ਼ੇ ਵਿੱਚ ਲੈ ਲਏ ਹਨ। ਨੈਸ਼ਨਲ ਜਾਂਚ ਏਜੰਸੀ ਵੱਲੋਂ ਵਕੀਲਾਂ ਦੇ ਵੱਖ ਵੱਖ ਦਫ਼ਤਰਾਂ 'ਚ ਛਾਪੇਮਾਰੀ ਕੀਤੇ ਜਾਣ ਦੇ ਵਿਰੋਧ ਵਿੱਚ ਵਕੀਲਾਂ ਨੇ ਕੰਮ ਛੱਡ ਕੇ ਹੜਤਾਲ ਕੀਤੀ ਹੈ। ਉਹਨਾਂ ਕਿਹਾ ਕਿ NIA ਵੱਲੋਂ ਤਰਨ ਤਾਰਨ ਦੇ ਵਕੀਲ ਦਾ ਮੋਬਾਈਲ ਫੋਨ ਅਤੇ ਲੈਪਟਾਪ ਕਬਜ਼ੇ 'ਚ ਲੈਣ ਦੀਆਂ ਕਾਰਵਾਈਆਂ ਵਕੀਲਾਂ ਦੇ ਅਧਿਕਾਰਾਂ ਅਤੇ ਕੰਮ ਕਾਜ ਵਿੱਚ ਸਿੱਧੀ ਦਖਲਅੰਦਾਜ਼ੀ ਹੈ। ਉਹਨਾਂ ਕਿਹਾ ਕਿ NIA ਕੇਂਦਰ ਸਰਕਾਰ ਦੀ ਸਹਿ ਅਤੇ ਲੋਕਤੰਤਰ ਦਾ ਘਾਣ ਕਰ ਰਹੀ ਹੈ। ਸ੍ਰੀ ਫਤਿਹਗੜ੍ਹ ਸਾਹਿਬ ਤੋਂ ਅੱਜ ਦੀ ਵਾਇਸ ਲਈ ਜਗਦੇਵ ਸਿੰਘ ਦੀ ਰਿਪੋਰਟ। ਐਸੋਸੀਏਸ਼ਨ ਤਰਨ ਤਾਰਨ ਵੱਲੋਂ ਉੱਥੋਂ ਦੇ ਸੀਨੀਅਰ ਵਕੀਲ ਸਰ ਹੀਰਾ ਸਿੰਘ ਸੰਧੂ ਹੁਣਾਂ ਦੀ ਰਿਹਾਇਸ਼ ਦੇ ਉੱਤੇ NIA ਵੱਲੋਂ ਛਾਪੇਮਾਰੀ ਰੇਡ ਕਰਨਾ ਅਤੇ ਉਹਨਾਂ ਦੇ ਟੈਲੀਫੋਨ ਅਤੇ ਹੋਰ ਸਮਾਨ ਨੂੰ ਜ਼ਬਤ ਕਰਨ ਦੇ ਸੰਬੰਧ ਵਿੱਚ ਅੱਜ ਸਮੂਹ ਪੰਜਾਬ ਦੇ ਵਿੱਚ ਵਕੀਲ ਸਾਹਿਬਾਨ ਵੱਲੋਂ ਵਕੀਲਾਂ ਦੇ ਹੱਕਾਂ 'ਤੇ ਜੋ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਵਿਰੋਧ ਵਿੱਚ ਇਹ ਹੜਤਾਲ। ਇੱਕ ਦਿਨ ਦੀ ਹੜਤਾਲ ਹੈ ਲਗਾਤਾਰ? ਇਹ ਇੱਕ ਦਿਨ ਦੀ ਹੜਤਾਲ ਹੈ, ਬਾਕੀ ਅੱਜ ਮੀਟਿੰਗ ਹੋਊਗੀ ਚੰਡੀਗੜ੍ਹ, ਉਸ ਤੋਂ ਜੇ ਕੋਈ ਨਵੀਂ ਉਹਨਾਂ ਦੀ ਹਦਾਇਤ ਆਊ ਤਾਂ ਉਹਦੇ ਮੁਤਾਬਕ ਅਸੀਂ ਅੱਗੇ ਆਪਣੀ ਕਾਰਵਾਈ ਜਾਰੀ। ਜੋ ਇਸ ਟਾਈਮ ਦੇ ਉੱਤੇ ਜਿਹੜਾ ਮਾਹੌਲ ਬਣਿਆ ਵਾ, ਉਸ ਮਾਹੌਲ ਦੇ ਵਿੱਚ ਚਾਹੇ ਸੈਂਟਰ ਦੀਆਂ ਸਰਕਾਰਾਂ ਚਾਹੇ ਪੰਜਾਬ ਦੀਆਂ ਸਰਕਾਰਾਂ ਆਪਣੀਆਂ ਪਾਲਤੂ ਤੋਤੇ ਦੇ ਪਿੰਜਰੇ ਏਜੰਸੀਆਂ ਵੱਲੋਂ ਕਿਸੇ 'ਤੇ ਕਾਰਵਾਈ ਕਰ ਰਹੀਆਂ, ਕਿਸੇ ਨੂੰ ਛੱਡ ਰਹੀਆਂ, ਉਸੇ ਕਾਰਵਾਈਆਂ ਦੇ ਅਧੀਨ ਜਿਹੜਾ ਹੈਗਾ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਵੀ ਤੁਸੀਂ ਦੇਖਿਆ ਔਰ ਤਰਨ ਤਾਰਨ ਦੇ ਵਿੱਚ ਵੀ ਜਿਸ ਹਿਸਾਬ ਨਾਲ ਇਹ ਛਾਪੇ ਵਕੀਲਾਂ 'ਤੇ ਵੀ ਮਾਰਨੇ ਸ਼ੁਰੂ ਕੀਤੇ ਹੈ ਜਿਹੜੇ ਕਿ ਕਾਨੂੰਨ ਦੇ ਮੁਤਾਬਕ ਬਿਲਕੁਲ ਗਲਤ ਹੈਗਾ। ਔਰ ਵਕੀਲ ਕੋਲ ਤਾਂ ਆਉਣਾ ਹੀ ਇਸ ਤਰ੍ਹਾਂ ਦੇ ਭਾਈਚਾਰੇ ਨੇ ਹੈਗਾ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਫੈਕਟਡ ਹੈਗਾ। ਔਰ ਸਾਡੇ ਕੋਲ ਹਰ ਬੰਦੇ ਦੀ ਸੀਕ੍ਰੇਸੀ ਹੁੰਦੀ ਹੈ, ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸਰਕਾਰਾਂ ਸ਼ੁਰੂ ਕਰ ਦਿੰਦੀਆਂ, ਏਜੰਸੀਆਂ ਸ਼ੁਰੂ ਕਰ ਦਿੰਦੀਆਂ, ਮੈਨੂੰ ਲੱਗਦਾ ਕਿ ਇਹ ਬਹੁਤ ਹੀ ਘਿਨਾਉਣਾ ਕੰਮ ਹੈਗਾ। ਇਹ ਖਾਸ ਤੌਰ 'ਤੇ ਇਹ ਲੋਕਾਂ ਦੀ ਲਿਬਰਟੀ ਔਰ ਲੋਕਾਂ ਡੈਮੋਕ੍ਰੇਸੀ ਦੇ ਉੱਤੇ ਬਹੁਤ ਵੱਡਾ ਇੱਕ ਧੱਬਾ ਜਿਹੜਾ ਨਹੀਂ ਹੋਣਾ ਚਾਹੀਦਾ। ਜੇ ਉਹ ਲੋਕ ਜਿਹੜੇ ਸਭ ਨੂੰ ਇਨਸਾਫ ਦਵਾਉਂਦੇ ਆ ਜੇ ਉਹ ਵੀ ਮਹਿਫੂਜ਼ ਨਹੀਂ ਹੈਗੇ ਤਾਂ ਮੈਨੂੰ ਇਹ ਲੱਗਦਾ ਕਿ ਇਹ ਸਾਰਾ ਕੁਛ ਬਹੁਤ ਗਲਤ ਗੱਲ ਹੋ।